ਪਹਿਲਾਂ ਵੀ ਅਕਾਲੀ ਦਲ ਨੂੰ ਵੋਟਾਂ ਪਾਈਆਂ, ਸ਼ੁਰੂ ਤੋਂ ਮੁੱਢ ਤੋਂ ਪਿਓ ਦਾਦੇ ਨੇ, ਅਤੇ ਆਪਾਂ ਕੋਈ ਹਾਰੇ ਜਿੱਤੇ ਸਾਡਾ ਲੀਡਰ ਐਕਟ ਵੀ ਆਪਾਂ ਇੱਕ ਠੋਕ ਕੇ ਅਕਾਲੀ ਦਲ ਨੂੰ ਪਾਉਣਾ ਸਟੈਂਡ 'ਤੇ, ਬਿਲਕੁਲ ਆਪਦੇ ਸਟੈਂਡ 'ਤੇ ਅਕਾਲੀ ਦਲ ਨੂੰ ਹੀ ਵੋਟਾਂ ਪਾਉਣੀਆਂ ਆਪਾਂ। ਸਾਨੂੰ ਤਾਂ ਆਮ ਆਦਮੀ ਪਾਰਟੀ ਲੱਗਦੀ ਹੈ ਜੀ, ਅਕਾਲੀ ਦਲ ਨੂੰ ਪਾਉਣੇ ਇਹ ਤਾਂ ਅਸੀਂ ਪਹਿਲਾਂ ਤੋਂ ਲੈ ਕੇ। ਰਾਜੇ ਨੂੰ ਜੀ, ਕਾਂਗਰਸ ਨੂੰ, ਸਭ ਬੇਕਾਰ ਆ, ਅਕਾਲੀਆਂ ਨੂੰ ਪਾਵਾਂਗੇ ਅਕਾਲੀ ਆ। ਆਪਦੇ ਮਿਹਨਤ ਕਰੋਗੇ ਰੋਟੀ ਮਿਲੂਗੀ, ਕੋਈ ਨਹੀਂ ਦਿੰਦਾ ਕਿਸੇ ਨੂੰ। ਫਿਰ ਲੱਗਦਾ ਨਹੀਂ ਵੀ ਜਿਹੜੇ ਦਾਅਵੇ ਕਰਦੇ ਆ ਵੱਡੇ, ਦਾਅਵੇ ਸਭ ਝੂਠੇ। ਉਦੋਂ ਕਹਿੰਦੇ ਪੈਨਸ਼ਨ ਵਧਾਵਾਂਗੇ, ਵਧਾਈ, 1000 ਰੁਪਇਆ ਦੇਣਾ ਸੀ ਦਿੱਤਾ। ਜਿਹਨਾਂ ਦੇ ਕਾਰਡ ਬੰਦ ਹੋਣੇ ਸੀ ਉਹਨਾਂ ਦੇ ਬੰਦ ਨਹੀਂ ਹੋਏ, ਜਿਹਨਾਂ ਦੇ ਬੰਦ ਨਹੀਂ ਹੋਣੇ ਉਹ ਬੰਦ ਕਰਦੇ ਸੀ। ਕਰਮਜੀਤ ਮੋਲੀ ਹੈ ਜ਼ਿਆਦਾ ਤਾਂ, ਬਸ ਹਾਂ ਅਕਾਲੀ ਦਲ ਨੂੰ ਪਾਉਣਾ। ਅਸੀਂ ਮੋਦੀ ਸਰਕਾਰ ਨੂੰ ਵੋਟ ਪਾ ਰਹੇ ਜੀ। ਕੌਣ ਅੱਗੇ ਜਾ ਸਕਦਾ ਇਸ ਵਾਰ? ਮੋਦੀ ਜੀ, ਆਪਾਂ ਅਕਾਲੀ ਸਰਕਾਰ ਦੇ ਨਾਲ ਹਾਂ ਜੀ ਆਪਣੀ ਨਾਲ ਤਕੜੀ ਜੀ। ਲੋਕ ਸਭਾ ਚੋਣਾਂ 'ਚ ਇਸ ਵਾਰ ਕੌਣ ਅੱਗੇ ਰਹਿ ਸਕਦਾ ਹੈ ਫਰੀਦਕੋਟ? ਸਰਬਜੀਤ ਸਿੰਘ ਮਾਨ। ਠੀਕ ਠਾਕ ਜੀ, ਉਹ ਤਾਂ ਪਤਾ ਲੱਗਣਾ ਜਦੋਂ ਪਟਾਰੀ ਖੋਲੀ। ਲੋਕ ਹੁਣ ਦਿਲ ਦੀਆਂ ਰਮਜ਼ਾਂ ਦੱਸਦੇ ਨਹੀਂ, ਅੰਦਰੂਨੀ ਕੰਮ ਚੱਲੀ ਜਾਂਦਾ ਜੀ ਅੱਜ ਕੱਲ੍ਹ ਦਾ ਜੀ, ਕਹਿਣਾ ਕੋਈ ਹੋਰ ਹੈ, ਕਰਨਾ ਕੋਈ ਹੋਰ ਹੈ ਜੀ। ਇੱਥੇ ਤਾਂ ਅਨਮੋਲ ਦੀ ਉਹ ਹੈ ਜੀ, ਇੱਥੋਂ ਤਾਂ ਪੰਜੇ ਵਾਲਾ ਜਾ ਸਕਦਾ, ਅਜੇ ਤਾਂ ਕੋਈ ਪਤਾ ਨਹੀਂ ਲੱਗਦਾ ਜੀ। ਤੀਆ ਲਾਇਆ ਤਾਂ ਹੋਇਆ ਜੀ, ਸੀ ਸਾਹਮਣੇ ਦਿਖ ਰਿਹਾ ਪਰ ਜਵਾਨ ਤੋਂ ਨਹੀਂ, ਤੁਸੀਂ ਕਹਿ ਰਹੇ? ਪਤਾ ਨਹੀਂ ਕਰ ਰਹੇ ਜੀ, ਤਾਂ ਅਜੇ ਕੋਈ ਪਤਾ ਨਹੀਂ। ਝਾੜੂ ਵਾਲੇ ਇਹਨਾਂ ਨੇ ਕੁਛ ਨਹੀਂ ਕੀਤਾ, ਇਹਨਾਂ ਦੇ ਦਾਅਵੇ ਬਹੁਤ ਆ ਜੀ, ਉਹ ਕਹਿੰਦੇ ਅਸੀਂ ਉਂਗਲਾਂ 'ਤੇ ਗਣਾ ਦਿੰਦੇ ਕੰਮ ਆਪਣੇ ਸਾਰੇ। ਮੈਂ ਆਪਣੀਆਂ ਤਾਂ ਝਾੜੂ ਨੂੰ ਖੁਸ਼ ਹੋ ਕੇ ਵੋਟਾਂ ਪਾਈਆਂ ਸੀਗੀਆਂ ਵੀ ਜਦ ਸਾਡਾ ਕੋਈ ਫਾਇਦਾ ਹੋਊਗਾ, ਪਰ ਬਾਅਦ ਨਹੀਂ ਪੁੱਛੀ ਕਿਸੇ ਨੇ ਆ ਕੇ। ਭਾਜੀ ਐਤਕੀ ਮੇਰੇ ਖਿਆਲ ਨਾਲ ਸ਼ਾਇਦ ਕਾਂਗਰਸ ਜਾਊਗੀ ਅੱਗੇ। ਬੀਬੀ ਸਾਹੋ ਕੇ ਕਰਮਜੀਤ ਅਮੋਲ। ਦਾਅਵੇ ਤਾਂ ਬਾਕੀ ਪਾਰਟੀਆਂ ਦੇ ਵੱਡੇ ਜੀ, ਪ੍ਰਚਾਰ ਪੂਰਾ ਜ਼ੋਰ 'ਤੇ ਹੋ ਰਿਹਾ, ਪੂਰਾ ਜ਼ੋਰ ਹੋ ਰਿਹਾ ਸਾਰਿਆਂ ਦਾ, ਸਾਰੇ ਅੱਗੇ ਅੱਗੇ ਭੱਜੇ ਫਿਰਦੇ ਆ ਮਗਰ ਕਿਸਾਨ ਭੱਜੇ ਫਿਰਦੇ ਆ। ਕਰਮਜੀਤ ਅਮੋਲ ਦੇ ਮਗਰ ਤਾਂ ਨਹੀਂ ਕਿਸਾਨ ਫਿਰਦੇ? ਫਿਰਦੇ ਆ ਕਈ, ਇਹ ਤਾਂ ਨਹੀਂ ਗੱਲ, ਲੱਗਦਾ ਵੀ ਕਿਸਾਨ ਇਹ ਖਿੱਚ ਕੇ ਰੱਖਦੇ ਸਾਰਿਆਂ ਨੂੰ। ਹਾਂ, ਸਾਰਿਆਂ ਨੂੰ ਖਿੱਚ ਕੇ ਰੱਖਦੇ ਜੀ ਪੂਰਾ, ਕਿਉਂਕਿ ਇਹ ਫਿਰ ਸੈੱਟ ਵੀ ਨਹੀਂ ਲਾਉਂਦੇ ਹੁਣ 'ਚ। ਆਮ ਆਦਮੀ ਪਾਰਟੀ ਦੇ ਸਾਡੇ ਕੁਲਤਾਰ ਸੰਧਵਾਂ ਨੂੰ ਅਸੀਂ ਵੋਟਾਂ ਪਾਈਆਂ ਨੇ, ਸਾਡੇ ਮੁਹੱਲੇ ਵਾਲਿਆਂ ਨੇ, ਕੰਮ ਹੀ ਨਹੀਂ ਹੋਇਆ, ਸਾਡੇ ਗਲੀ ਦੇ ਮੋੜ 'ਤੇ ਇੰਨਾ ਪਾਣੀ ਖੜਾ ਰਹਿੰਦਾ, ਇੰਨਾ ਗੰਦ ਖੜਾ ਰਹਿੰਦਾ, ਕਦੇ ਆਇਆ ਜਦੋਂ ਦੀ ਵੋਟ ਪਾਈ? ਕਿਹੜੀ ਗੱਲੋਂ ਵੋਟ ਪਾਈਏ, ਅਸੀਂ ਨਹੀਂ ਵੋਟ ਪਾ ਸਕਦੇ। ਬੇਅੰਤ ਸਿੰਘ ਦਾ ਮੁੰਡਾ ਜੀ, ਸਰਬਜੀਤ ਸਿੰਘ। ਸਰਬਜੀਤ ਸਿੰਘ, ਜਿਹੜੇ ਹੁਣ ਅੱਜ ਕੱਲ੍ਹ ਹੁਣ ਪਿੰਡਾਂ ਦੇ ਵਿੱਚ ਦਿਨੋਂ ਦਿਨ ਹਵਾ ਬਦਲ ਰਹੀ ਹੈ ਜਿਹੜੀ, ਉੱਥੋਂ ਪਤਾ ਲੱਗਦਾ ਵੀ ਵੋਟ ਉਹਨੂੰ ਬਹੁਤ ਪੈਣੀ ਹੈ, ਅੰਦਰ ਖਾਤੇ ਪੈਣੀ ਹੈ। ਲੋਕ ਸਭਾ ਚੋਣਾਂ 2024 ਚੋਣ ਪ੍ਰਚਾਰ ਇਸ ਸਮੇਂ ਜ਼ੋਰਾਂ ਦੇ ਉੱਤੇ ਹੈ। ਫਰੀਦਕੋਟ ਸੀਟ ਦੀ ਗੱਲ ਕਰੀਏ, ਹਲਕੇ ਦੀ ਗੱਲ ਕਰੀਏ ਤਾਂ ਕੋਟਕਪੂਰੇ ਦੇ ਵਿੱਚ ਖੜ੍ਹੇ ਹਾਂ, ਵੱਖ ਵੱਖ ਪਾਰਟੀਆਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ। ਭਾਰਤੀ ਜਨਤਾ ਪਾਰਟੀ ਦੇ ਵੱਲੋਂ ਹੰਸਰਾਜ ਹੰਸ ਅਤੇ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਅਨਮੋਲ, ਕਾਂਗਰਸ ਦੇ ਵੱਲੋਂ ਬੀਬੀ ਅਮਰਜੀਤ ਕੌਰ ਸਾਹੋ ਕੇ, ਉਸ ਦੇ ਨਾਲ ਹੀ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਵੀ ਖੜ੍ਹੇ ਹੈ, ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਆਪਣੇ ਕੈਂਡੀਡੇਟ ਉਤਾਰੇ ਗਏ ਆ। ਸੋ ਗੱਲਬਾਤ ਕਰਦੇ ਹਾਂ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਬਈ ਕਿਵੇਂ ਹੋ, ਕੀ ਲੱਗਦਾ ਮਾਹੌਲ ਬਣਿਆ ਹੋਇਆ ਕੋਟਕਪੂਰੇ 'ਚ ਇਲੈਕਸ਼ਨ ਦਾ? ਹਾਂਜੀ ਬਣਿਆ ਹੋਇਆ ਜੀ, ਬਿਲਕੁਲ। ਕੀ ਲੱਗਦਾ ਕੌਣ ਬਾਜੀ ਮਾਰ ਸਕਦਾ? ਵੀਰੇ ਬਾਜੀ ਦਾ ਤਾਂ ਪਤਾ ਨਹੀਂ, ਵੇਖੋ ਆਪਾਂ ਤਾਂ ਪਹਿਲਾਂ ਵੀ ਅਕਾਲੀ ਦਲ ਨੂੰ ਵੋਟਾਂ ਪਾਈਆਂ, ਸ਼ੁਰੂ ਤੋਂ ਮੁੱਢ ਤੋਂ ਪਿਓ ਦਾਦੇ ਨੇ, ਅਤੇ ਆਪਾਂ ਕੋਈ ਹਾਰੇ ਜਿੱਤੇ ਸਾਡਾ ਲੀਡਰ ਐਕਟ ਵੀ ਆਪਾਂ ਇੱਕ ਠੋਕ ਕੇ ਅਕਾਲੀ ਦਲ ਨੂੰ ਪਾਉਣਾ। ਹੁਣ ਕਹਿੰਦੇ ਲੋਕ ਵੀ ਮੰਨਦੀਆਂ ਗੱਲਾਂ ਨਹੀਂ ਦੱਸਦੇ, ਕਹਿੰਦੇ ਕੁਛ ਭੁਗਤ ਦੇ ਕਿਸੇ ਪਾਸੇ ਆ, ਤੁਹਾਨੂੰ ਕੀ ਲੱਗਦਾ ਤੁਸੀਂ ਪੱਕੇ ਪਹਿਲਾਂ ਤੋਂ ਝੰਡੀਆਂ ਜਿੱਦਾਂ ਚੱਕੀਆਂ ਉੱਦਾਂ ਚੱਕੀਆਂ ਰਹਿਣਗੀਆਂ? ਫਿਰ ਬਿਲਕੁਲ ਬਿਲਕੁਲ, ਸਾਡਾ ਲੀਡਰ ਹਾਰੇ ਜਿੱਤੇ ਅਸੀਂ ਜਿੱਥੇ ਖੜ੍ਹੇ ਹਾਂ ਉੱਥੇ ਹੀ ਖੜ੍ਹੇ ਸਟੈਂਡ 'ਤੇ। ਬਿਲਕੁਲ ਆਪਦੇ ਸਟੈਂਡ 'ਤੇ, ਅਕਾਲੀ ਦਲ ਨੂੰ ਹੀ ਵੋਟਾਂ ਪਾਉਣੀਆਂ ਆਪਾਂ, ਹੋਰ ਕਿਸੇ ਨੂੰ ਪਾਉਣੇ? ਕੀ ਲੱਗਦਾ ਬਾਈ ਜੀ ਤੁਹਾਨੂੰ, ਕੀ ਲੱਗਦਾ? ਸਾਨੂੰ ਤਾਂ ਆਮ ਆਦਮੀ ਪਾਰਟੀ ਲੱਗਦੀ ਹੈ। ਕੀ ਲੱਗਦਾ ਜੀ ਇਲੈਕਸ਼ਨ 'ਚ ਇਸ ਵਾਰ ਕੌਣ ਅੱਗੇ ਰਹਿ ਸਕਦਾ? ਅੱਗੇ ਜੀ ਅਕਾਲੀ ਦਲ ਨੂੰ ਪਾਉਣੇ ਤਾਂ ਅਸੀਂ ਪਹਿਲਾਂ ਤੋਂ ਲੈ ਕੇ, ਇਸੇ ਨਹੀਂ ਪਾਵਾਂ। ਤੁਹਾਨੂੰ ਕੀ ਲੱਗਦਾ ਬਾਈ? ਅਸੀਂ ਰਾਜੇ ਨੂੰ ਪਾਉਣੇ ਜੀ। ਹਾਂਜੀ, ਰਾਜੇ ਨੂੰ ਜੀ, ਕਾਂਗਰਸ ਨੂੰ। ਕਾਂਗਰਸ ਨੂੰ, ਤੁਹਾਨੂੰ ਕਾਂਗਰਸ ਲੱਗਦੀ ਹੈ? ਸੋ ਬਾਈ ਹੋਰ ਹੀ ਹੋਰ ਖੜੇ, ਬਾਈ ਜੀ ਕਿਵੇਂ ਹੋ ਜੀ? ਠੀਕ ਹੈ ਬਾਈ।
ਕੀ ਲੱਗਦਾ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਕੋਟਕਪੂਰਾ ਦੇ ਲੋਕ ਕਿਹਨੂੰ ਫਤਵਾ ਦੇਣਗੇ ਫਰੀਦਕੋਟ ਹਲਕੇ 'ਚ? ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਵੀਰੇ, ਸਮਝ ਨਹੀਂ ਲੱਗਦੀ ਮੈਂ 'ਚ ਫਸਵਾਂ ਇੱਥੇ ਕੀ ਗੱਲ? ਸਾਰੇ ਬੇਕਾਰ ਬੰਦੇ ਆ, ਸਾਰੇ ਬੇਕਾਰ ਬੰਦੇ, ਸਭ ਬੇਕਾਰ ਆ, ਨਿੱਕੇ ਨਿੱਕੇ ਜਵਾਕ ਨਸ਼ੇ ਕਰਦੇ ਫਿਰਦੇ, ਅਸੀਂ ਆਪਦੀ ਅੱਖਾਂ ਨਾਲ ਦੇਖਦੇ ਹਾਂ ਕੀ ਕੀਤਾ ਭਗਵੰਤ ਮਾਨ ਨੇ। ਜਿਹੜੇ ਤੁਸੀਂ ਹੁਣ ਕੈਂਡੀਡੇਟ ਦੇਖ ਰਹੇ ਹੋ ਖੜੇ ਆ ਚੋਣਾਂ ਦੇ ਵਿੱਚ, ਕੋਈ ਠੀਕ ਨਹੀਂ ਲੱਗ ਰਿਹਾ ਤੁਹਾਨੂੰ? ਕੋਈ ਨਹੀਂ ਜੀ, ਜਮਾਂ ਹੀ ਨਹੀਂ ਬੇਕਾਰ ਆ ਸਾਰੇ, ਹੁਣ ਹੀ ਪਾ ਦੇਣੇ ਆ ਜਿਹੜਾ ਆਜ਼ਾਦ ਉਮੀਦਵਾਰ ਖੜੇ ਆ ਬਾਬਾ ਬਿਮਲ ਕੌਰ ਜੀ ਦਾ ਮੁੰਡਾ ਸਰਬਜੀਤ ਸਿੰਘ, ਹਾਂਜੀ ਹਾਂਜੀ ਉਹਨਾਂ ਨੂੰ ਪਾ ਦੇਣਾ, ਵਧੀਆ ਬੰਦੇ ਉਹ। ਠੀਕ ਹੈ ਜੀ, ਹਾਂਜੀ ਕਾਲੀਆਂ ਨੂੰ ਪਾਵਾਂਗੇ, ਕਾਲੀਆਂ ਨੂੰ ਪਾਵਾਂਗੇ, ਠੀਕ ਹੈ ਜੀ। ਬਿਲਕੁਲ ਹੋਰ ਲੋਕਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਬਾਬਾ ਜੀ ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਜੀ? ਠੀਕ ਹੈ ਜੀ। ਕੀ ਲੱਗਦਾ ਲੋਕ ਸਭਾ ਚੋਣਾਂ ਵਿੱਚ ਕੋਟਕਪੂਰੇ ਦੇ ਲੋਕ ਇਸ ਵਾਰ ਕਿਹਨੂੰ ਭੇਜਣਗੇ ਅੱਗੇ? ਐਤਕੀ ਭੇਜਣਗੇ, ਹੁਣ ਕੋਈ ਪਤਾ ਕਹਿ ਨਹੀਂ ਸਕਦੀ ਇਹਦੇ ਬਾਰੇ, ਕਹਿ ਨਹੀਂ ਸਕਦੇ। ਤੁਹਾਡਾ ਤਜਰਬਾ ਬਹੁਤ ਆ, ਉਮਰ ਕਿੰਨੀ ਹੋ ਗਈ ਤੁਹਾਡੀ? ਉਹਦੇ ਜੀ 70। 70 ਸਾਲਾਂ ਦੇ ਵਿੱਚ ਕੀ ਕੁਝ ਦੇਖਿਆ ਤੁਸੀਂ ਮਾਹੌਲ? ਮੈਂ ਇਹ ਵੇਖਿਆ ਹੱਥ ਆਪਦੇ, ਮਿਹਨਤ ਕਰੋਗੇ ਰੋਟੀ ਮਿਲੂਗੀ, ਕੋਈ ਨਹੀਂ ਦਿੰਦਾ ਕਿਸੇ ਨੂੰ, ਨਹੀਂ ਕੋਈ ਨਹੀਂ ਦਿੰਦਾ ਨਾ। ਫਿਰ ਲੱਗਦਾ ਨਹੀਂ ਵੀ ਜਿਹੜੇ ਦਾਅਵੇ ਕਰਦੇ ਆ ਵੱਡੇ, ਇਹ ਦਾਅਵੇ ਸਭ ਝੂਠੇ। ਮੁੰਡਾ ਲੱਕੜ ਦਾ ਹਰੇਕ ਦਿਨ ਨੂੰ ਤਿਆਰ ਹੈ, ਮੈਂ ਵੀ ਦਿੰਦਾ ਲੱਕੜ ਦਾ ਮੁੰਡਾ, ਲੈ ਜਾਓ। ਇਹ ਨਹੀਂ ਪਤਾ ਮੈਂ ਕਰਦਾ ਹੀ ਹੈ, ਕਿਹਨਾਂ ਨੂੰ ਹੱਥ ਲਾ ਰਹੇ ਹੋ? ਕੋਈ ਵੀ ਚੰਗਾ ਨਹੀਂ ਲੱਗਦਾ ਤੁਹਾਨੂੰ ਜਿਹੜੇ ਉਮੀਦਵਾਰ ਖੜੇ? ਚੰਗਾ ਮੇਰੀ ਤੁਹਾਡੇ ਸਾਹਮਣੇ ਆ, ਤੁਸੀਂ ਪੱਤਰਕਾਰ ਹੋ, ਤੁਸੀਂ ਪੱਤਰਕਾਰ ਹੋ, ਤੁਸੀਂ ਦੱਸੋ, ਤੁਹਾਡੇ ਸਾਹਮਣੇ ਹੀ ਆ। ਉਦੋਂ ਕਹਿੰਦੇ ਪੈਨਸ਼ਨ ਵਧਾਵਾਂਗੇ, ਵਧਾਈ 1000 ਰੁਪਇਆ ਦੇਣਾ ਸੀ ਦਿੱਤਾ, ਜਿਨ੍ਹਾਂ ਦੇ ਕਾਰਡ ਬੰਦ ਹੋਣੇ ਸੀ ਉਹਨਾਂ ਦੇ ਬੰਦ ਨਹੀਂ ਹੋਏ, ਜਿਨ੍ਹਾਂ ਦੇ ਬੰਦ ਨਹੀਂ ਹੋਣੇ ਉਹ ਬੰਦ ਕਰਤੇ ਸੀ, ਹੁਣ 5 ਕਿਲੋ ਕਣਕ ਕਰਤੀ ਦਾ। ਇਹਦਾ ਸ਼ਰਿਆਮ ਇਹ ਕੰਮ ਜਿੱਦੀ ਜਾਂਦਾ, ਸਾਰਿਆਂ ਤੋਂ ਪਰੇਸ਼ਾਨ ਲੱਗਦੇ ਬਾਬਾ ਜੀ? ਹਾਂਜੀ, ਸਾਰਿਆਂ ਤੋਂ ਮੇਨ ਗੱਲ ਵੀਰੇ ਇਹ ਗੱਲ ਹੈ ਵੀ ਚਿੱਟਾ ਬੰਦ ਹੋਵੇ ਤੇ ਹਰ ਇੱਕ ਬੰਦੇ ਨੂੰ ਰੁਜ਼ਗਾਰ ਮਿਲੇ। ਨਸ਼ੇ ਦੀ ਤੁਸੀਂ ਗੱਲ ਕਰਦੇ ਹੋ, ਪਰ ਸਰਕਾਰਾਂ ਨਸ਼ੇ ਲਈ ਕਹਿੰਦੇ, ਅਸੀਂ ਸੰਜੀਦਾ ਬਹੁਤ ਆ, ਨਸ਼ਾ ਬੰਦ ਕਰਾਂਗੇ, ਅਸੀਂ ਕੋਸ਼ਿਸ਼ ਕਰ ਰਹੇ ਹਾਂ। ਭਾਈ ਜੇ ਸਰਕਾਰਾਂ ਨਸ਼ੇ ਨੂੰ ਬੰਦ ਹੀ ਕਰ ਰਹੀਆਂ, ਹੁਣ ਤਾਂ ਥਾਂ ਥਾਂ ਸੈਂਟਰ ਕਿਉਂ ਖੋਲ੍ਹ ਰਹੀਆਂ? ਧਾਲੀਵਾਲ ਸਾਹਿਬ ਕਹਿੰਦੇ 31 ਦਸੰਬਰ ਨੂੰ ਨਸ਼ਾ ਬੰਦ ਕਰ ਦੇਣਾ ਅਸੀਂ, ਕੁਲਦੀਪ ਧਾਲੀਵਾਲ ਸਰਕਾਰ ਦੇ ਮੰਤਰੀ। ਅੱਜ ਤੋਂ 15 ਸਾਲ ਤੋਂ ਪਹਿਲਾਂ ਅਕਾਲੀ ਦਲ ਵੇਲੇ ਕਾਂਗਰਸ ਸਰਕਾਰ ਆਈ ਹੈ, ਹਜੇ ਤੱਕ ਨਸ਼ਾ ਨਹੀਂ ਬੰਦ ਹੋਇਆ, ਦਿਨੋਂ ਦਿਨ ਵੱਧਦਾ ਜਾ ਰਿਹਾ, ਹੁਣ ਕੀ ਹੋਊਗਾ? ਅਸੀਂ ਕਹਿੰਦੇ ਹਾਂ ਕੋਈ ਮੁਫ਼ਤ ਨਹੀਂ ਹੋਣਾ ਚਾਹੀਦਾ, ਨਾ ਬਿਜਲੀ ਹੋਣੀ ਚਾਹੀਦੀ ਹੈ, ਨਾ ਬੱਸਾਂ 'ਚ ਹੋਣਾ ਚਾਹੀਦਾ, ਕੁਝ ਫ੍ਰੀ ਨਾ, ਬੱਚਿਆਂ ਨੂੰ ਕਾਰੋਬਾਰ ਦੇਣ ਤਾਂ ਕਿ ਬੱਚੇ ਕਾਰੋਬਾਰ 'ਚ ਲੱਗਣ, ਨਸ਼ਿਆਂ ਦਾ ਖਹਿੜਾ ਛੱਡਣ। ਬਿਲਕੁਲ ਬਿਲਕੁਲ ਜੀ। ਕੀ ਲੱਗਦਾ ਬਾਈ ਇਸ ਵਾਰ ਲੋਕ ਸਭਾ ਚੋਣਾਂ 'ਚ ਫਰੀਦਕੋਟ ਤੋਂ ਕੌਣ ਬਾਜੀ ਮਾਰ ਸਕਦਾ? ਬਾਈ ਯਾਰ ਕਹਿ ਨਹੀਂ ਸਕਦੇ, ਕੋ ਡਰਾਈਵਰ ਬੰਦੇ ਆ, ਡਰਾਈਵਰ ਬੰਦਿਆਂ ਕੋਲ ਤਾਂ ਤਜਰਬਾ ਬਹੁਤ ਹੁੰਦਾ ਬਾਈ, ਸਾਰੇ ਤੁਸੀਂ ਪੰਜਾਬ 'ਚ ਘੁੰਮਦੇ ਹੋ, ਬਾਹਰ ਵੀ ਘੁੰਮਦੇ ਹੋ। ਆਮ ਆਦਮੀ ਪਾਰਟੀ ਤਾਂ ਨਹੀਂ ਆਸ ਲੱਗਦੀ, ਕੋਈ ਕੈਂਡੀਡੇਟ ਤੁਹਾਨੂੰ ਲੱਗਦਾ ਜਿਹੜਾ ਤੁਹਾਨੂੰ ਲੱਗਦਾ ਵੀ ਲੋਕਾਂ ਦੇ ਮੁੱਦੇ ਚੁੱਕ ਸਕਦਾ? ਬੀਬੀ ਅਮਰਜੀਤ ਸਾਹੋਕੇ ਵਾਲੀ ਸ਼ਾਇਦ ਹੋ ਸਕਦਾ। ਤੁਹਾਨੂੰ ਕੀ ਲੱਗਦਾ ਵੀਰ ਜੀ? ਇਹਨਾਂ ਦੀ ਆਸ 'ਚ ਹੈਗੀ ਹੈ ਸਾਨੂੰ ਲੱਗਦੀ ਹੈ। ਹਾਂਜੀ, ਇੱਕ ਬਾਈ ਹੋਰੀ ਪਿੱਛੇ ਬੈਠੇ ਆ, ਕਿਵੇਂ ਵੀਰੇ ਠੀਕ ਹੋ? ਲੋਕ ਸਭਾ ਚੋਣਾਂ 'ਚ ਕਿਹਨੂੰ ਦੇਖਦੇ ਹੋ ਇਸ ਵਾਰ ਅੱਗੇ ਵੀ, ਕੌਣ ਜਾ ਸਕਦਾ? ਲੋਕ ਸਭਾ ਦੇ ਵਿੱਚ ਤਾਂ ਕਿਹਨੂੰ ਜਾ ਸਕਦਾ? ਨਹੀਂ, ਨੋ ਪ੍ਰੋਬਲਮ, ਕਿਹਨੂੰ ਜਾ ਸਕਦਾ ਕੁਛ। ਸੋ ਬਾਈ ਹੋਰਾਂ ਨੇ ਸਿਰ ਮਾਰ ਦਿੱਤਾ ਕਿ ਕਿਸੇ ਦੇ ਬਾਰੇ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ। ਸੋ ਹੋਰ ਬੜੇ ਲੋਕ ਇਸ ਥਾਂ ਦੇ ਉੱਤੇ ਮੌਜੂਦ ਹੈ। ਬਾਈ ਕਿਵੇਂ ਹੋ? ਠੀਕ ਠਾਕ, ਚੜ੍ਹਦੀ ਕਲਾ। ਕੀ ਲੱਗਦਾ ਇਸ ਵਾਰ ਲੋਕ ਸਭਾ ਚੋਣਾਂ 'ਚ ਕੋਟਕਪੂਰਾ ਤੋਂ ਫਰੀਦਕੋਟ ਹਲਕੇ ਵਿੱਚ ਕੌਣ ਅੱਗੇ ਜਾ ਸਕਦਾ? ਕਰਮਜੀਤ ਮੋਲੀ ਹੈ ਜ਼ਿਆਦਾ ਤਾਂ। ਤੁਹਾਨੂੰ ਕੀ ਲੱਗਦਾ ਵੀਰੇ? ਜ਼ਿਆਦਾਤਰ ਉਹਦੀ ਚਾਂਸ ਲੱਗ ਰਹੀ ਹੈ ਜਿਸ ਹਿਸਾਬ ਨਾਲ ਲੋਕਾਂ ਦੀ ਬਦਲਾਵ ਜਿਹਾ ਕਹਿ ਰਹੇ ਉਹਨੂੰ, ਐਜ ਅ ਪੋਲੀਟੀਸ਼ਨ ਉਹਨੂੰ
ਜ਼ਿਆਦਾ ਪਸੰਦ ਕਰ ਰਹੇ ਲੋਕ ਵੀ ਸੈਲੀਬ੍ਰਿਟੀ ਦੇ ਤੌਰ 'ਤੇ, ਵੀ ਸ਼ਾਇਦ ਹੋ ਸਕਦਾ ਵੀ ਉਹ ਲੈ ਜਾਵੇ ਇਸ ਤਰ੍ਹਾਂ ਦੀ ਸੀਟ ਇਹ। ਕਰਮਜੀਤ ਅਨਮੋਲ ਲੱਗਦਾ ਤੁਹਾਨੂੰ ਅੱਗੇ ਕਿਵੇਂ ਬਾਈ ਜੀ, ਕੀ ਲੱਗਦਾ ਲੋਕ ਸਭਾ ਚੋਣਾਂ 'ਚ ਇਸ ਵਾਰ ਫਰੀਦਕੋਟ ਤੋਂ ਕੌਣ ਅੱਗੇ ਜਾ ਸਕਦਾ? ਮੈਂ ਦੱਸੇ ਅੱਗੇ ਅਕਾਲੀ ਦਲ ਨੂੰ ਪਾਉਣਾ, ਇਹਨਾਂ ਨੇ ਅਕਾਲੀ ਦਲ ਨੂੰ ਦੱਸਤਾ। ਦੱਸੋ ਵੀਰ ਕੀ ਲੱਗਦਾ, ਕੋਈ ਆਵਾਜ਼ ਕਿਸੇ ਦੀ ਆ ਰਹੀ ਹੈ? ਨਹੀਂ ਅੱਜ ਮੈਨੂੰ ਇਸ ਜ਼ਿਲ੍ਹੇ ਦਾ ਵੈਸੇ ਕੁਛ ਨਹੀਂ ਪਤਾ। ਮੈਂ ਤੁਹਾਡਾ ਜ਼ਿਲ੍ਹਾ ਕਿਹੜਾ? ਮੈਂ ਫਿਰੋਜ਼ਪੁਰ ਮਤਲਬ ਮੁਕਤਸਰ ਤੋਂ। ਬਾਈ ਜੀ ਕੀ ਲੱਗਦਾ ਲੋਕ ਸਭਾ ਚੋਣਾਂ 'ਚ ਇਸ ਵਾਰ ਕੌਣ ਬਾਜੀ ਮਾਰ ਸਕਦਾ? ਅਸੀਂ ਮੋਦੀ ਸਰਕਾਰ ਨੂੰ ਵੋਟ ਪਾ ਰਹੇ ਹਾਂ ਜੀ, ਸਾਨੂੰ ਤਾਂ ਮੋਦੀ ਲੱਗਦਾ ਜੀ। ਹੰਸਰਾਜ ਹੰਸੋਰੀ? ਹਾਂਜੀ ਹਾਂਜੀ। ਤੁਸੀਂ ਮੋਦੀ ਸਾਹਿਬ ਨੂੰ ਵਧੀਆ ਦੇਖਦੇ ਹੋ ਜਾਂ ਕੈਂਡੀਡੇਟ ਨੂੰ ਵਧੀਆ ਮੰਨਦੇ? ਮੈਂ ਤਾਂ ਮੋਦੀ ਸਾਹਿਬ ਨੂੰ ਜੀ। ਕੀ ਲੱਗਦਾ ਬਾਈ ਜੀ ਲੋਕ ਸਭਾ ਚੋਣਾਂ 'ਚ ਕੌਣ ਅੱਗੇ ਜਾ ਸਕਦਾ ਇਸ ਵਾਰ? ਮੋਦੀ ਜੀ। ਹੰਸਰਾਜ ਹੰਸੋਰਾ ਨੂੰ? ਸੋ ਬਿਲਕੁਲ, ਕੀ ਲੱਗਦਾ ਤੁਹਾਨੂੰ ਵੀਰ? ਆਪਾਂ ਅਕਾਲੀ ਸਰਕਾਰ ਦੇ ਨਾਲ ਹਾਂ ਜੀ, ਆਪਣੀ ਨਾਲ ਤਕੜੀ ਜੀ। ਹਾਂਜੀ। ਇੱਕ ਹੋਰ ਵੀਰ ਬੈਠਾ ਹੈ, ਬਾਈ ਕੀ ਲੱਗਦਾ ਜੀ ਲੋਕ ਸਭਾ ਚੋਣਾਂ 'ਚ ਇਸ ਵਾਰ ਕੌਣ ਅੱਗੇ ਜਾ ਸਕਦਾ? ਕਿਵੇਂ ਜੀ? ਲੋਕ ਸਭਾ ਚੋਣਾਂ 'ਚ ਇਸ ਵਾਰ ਕੌਣ ਅੱਗੇ ਰਹਿ ਸਕਦਾ ਹੈ ਫਰੀਦਕੋਟ ਤੋਂ? ਸਰਬਜੀਤ ਸਿੰਘ ਮਾਨ। ਸਰਬਜੀਤ ਸਿੰਘ ਮਾਨ, ਕਿਉਂ ਲੱਗਦਾ ਤੁਹਾਨੂੰ? ਬਹੁਤ ਰਵਾਇਤੀ ਪਾਰਟੀ ਜ਼ਰੂਰੀ ਆ, ਜ਼ਰੂਰੀ ਹੈ। ਇਹ ਕਹਿੰਦੇ ਸਰਬਜੀਤ ਸਿੰਘ ਹੋਰੀ ਅੱਗੇ ਜਾ ਸਕਦੇ ਆ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਠੀਕ ਹੋ ਜੀ? ਕੀ ਲੱਗਦਾ ਲੋਕ ਸਭਾ ਚੋਣਾਂ 'ਚ ਇਸ ਵਾਰ ਅੱਗੇ ਕੌਣ ਜਾ ਸਕਦਾ? ਲੱਗਦਾ ਆਮ ਆਦਮੀ ਪਾਰਟੀ ਜਾ ਰਹੀ ਹੈ। ਲੋਕ ਸਭਾ ਚੋਣਾਂ 'ਚ ਬਾਈ ਕੀ ਲੱਗਦਾ ਕੌਣ ਅੱਗੇ ਜਾ ਸਕਦਾ ਇਸ ਵਾਰ? ਦੇਖੋ ਜੀ, ਜਿਹੜਾ ਦੇ ਨਸ਼ੇ ਬਾਰੇ ਕੋਈ ਪ੍ਰਚਾਰ ਵਧੀਆ ਕਰੂਗਾ, ਨਸ਼ਾ ਬੰਦ ਕਰੂਗਾ, ਉਹੀ ਗਾੜੀ ਜਾਊਗਾ। ਜਿਹੜੀ ਸਰਕਾਰ ਨਸ਼ਾ ਛਡਵਾਉਣ ਵਾਸਤੇ ਪ੍ਰਬੰਧ ਕਰੇ, ਬੰਦ ਕਰੇ। ਕੋਈ ਜਿਹੜੇ ਕੈਂਡੀਡੇਟ ਖੜੇ ਉਹਨਾਂ 'ਚ ਲੱਗਦਾ ਕੋਈ ਤੁਹਾਨੂੰ? ਚਲੋ ਕੈਂਡੀਡੇਟ ਤਾਂ ਸਾਰੇ ਵਧੀਆ ਵਾ, ਕੈਂਡੀਡੇਟ ਕੋਈ ਵੀ ਅੱਗੇ ਆਵੇ, ਜਿਹੜਾ ਆਉਣ ਵਾਲਾ ਸਮਾਜ ਦਾ ਸੋਚੇ ਬਸ ਉਹੀ ਸਹੀ ਆ, ਗਾਂ ਵਾਸਤੇ ਵੀ ਉਹੀ। ਕਿੱਦਾਂ ਪਤਾ ਲੱਗੂਗਾ ਕਿ ਕੌਣ ਸੋਚੂਗਾ? ਦੇਖੋ ਜੀ, ਫਰਕ ਤਾਂ ਅੱਗੇ ਨਾਲੋਂ ਕਾਫੀ ਵਾਰ ਪੈ ਚੁੱਕਾ ਵਾ। ਜਿਸ ਤਰ੍ਹਾਂ ਮੋਦੀ ਸਾਹਿਬ ਆ, ਉਹਨਾਂ ਨੇ ਕਾਫੀ ਚੀਜ਼ਾਂ ਦੀਆਂ ਸਹੂਲਤਾਂ ਵਾ, ਬੜੀਆਂ ਸਹੂਲਤਾਂ ਉਹਨਾਂ ਦੇ ਕੋਲੋਂ, ਅਤੇ ਅੱਗੇ ਨਾਲੋਂ ਬੜਾ ਫਰਕ ਆ। ਬਸ ਨਸ਼ਾ ਬੰਦ ਹੋਵੇ ਪੰਜਾਬ ਦੇ ਵਿੱਚ, ਇੱਕ ਸਿਰਫ ਪੰਜਾਬ 'ਚ ਹੀ ਜ਼ਿਆਦਾ ਨਸ਼ਾ ਵਾ। ਨਸ਼ਾ ਬੰਦ ਹੋਵੇ ਅਤੇ ਪੰਜਾਬ ਦੇ ਵਿੱਚ ਬਹੁਤ ਨਸ਼ਾ ਹੈ। ਕਿਵੇਂ ਆ ਜੀ? ਠੀਕ ਠਾਕ ਜੀ, ਸਤਿ ਸ਼੍ਰੀ ਅਕਾਲ ਜੀ। ਕੰਮਕਾਰ ਕਿਵੇਂ ਆ ਜੀ? ਬਹੁਤ ਵਧੀਆ ਜੀ, ਮੇਰਾ ਤੁਹਾਡਾ ਮੈਂ ਨਾ ਮੇਰਾ ਮੇਰਾ ਠੀਕ ਹੈ ਜੀ। ਕੀ ਲੱਗਦਾ ਲੋਕ ਸਭਾ ਚੋਣਾਂ 'ਚ ਇਸ ਵਾਰ ਕੌਣ ਬਾਜੀ ਮਾਰ ਸਕਦਾ ਜੀ ਫਰੀਦਕੋਟ ਤੋਂ? ਫਰੀਦਕੋਟ ਤੋਂ ਫਰੀਦਕੋਟ ਵਾਲੇ ਹੀ ਮਾਰ ਸਕਦੇ ਬਾਜੀ। ਫਰੀਦਕੋਟ ਵਾਲੇ? ਹਾਂ ਮਾਰ ਸਕਦੇ ਆ, ਕੋਈ ਉਹਦੇ ਜ਼ੋਰ ਜਿਹਾ ਚੱਲੀ ਜਾਂਦਾ। ਕੌਣ ਹੈ ਜੀ ਉਹ? ਨਾ ਕੀ ਨਾ ਨਹੀਂ ਮੈਂ ਜਾਂਦਾ, ਕੌਣ ਹੈ ਜੀ ਉਹ? ਲਾਈ ਫਿਰਦੇ ਆਟੋ 'ਤੇ ਤੇ ਉਹ ਤੇ ਵੈਸੇ ਖਾਈ ਤੱਕ ਤਾਂ ਬਰਾਬਰ ਹੀ ਚੱਲੀ ਜਾਂਦਾ ਕੰਮ। ਤੁਹਾਨੂੰ ਕੀ ਲੱਗਦਾ ਸਰਦਾਰ ਸਾਹਿਬ ਕੌਣ? ਕੋਈ ਹਿਸਾਬ ਕਿਤਾਬ ਨਹੀਂ ਲੱਗਦਾ ਜੀ, ਠੀਕ ਠਾਕ ਜੀ। ਉਹ ਤਾਂ ਪਤਾ ਲੱਗਣਾ ਜਦੋਂ ਪਟਾਰੀ ਖੋਲੀ, ਹੁਣ ਤੱਕ ਕੋਈ ਕਹਿਣ ਨੂੰ ਕੋਈ ਹੋਰ ਹੁੰਦਾ, ਦੱਸਣ ਨੂੰ ਕੋਈ ਹੋਰ ਹੁੰਦਾ। ਇਹ ਸਮੀਕਰਨ ਕਿਉਂ ਬਣਦੇ ਜਾਪਦੇ ਆ ਵੀ ਲੋਕ ਹੁਣ ਦਿਲ ਦੀਆਂ ਰਮਜ਼ਾਂ ਦੱਸਦੇ ਨਹੀਂ, ਅੰਦਰੂਨੀ ਕੰਮ ਚੱਲੀ ਜਾਂਦਾ ਜੀ ਅੱਜ ਕੱਲ੍ਹ ਦਾ ਜੀ, ਕਹਿਣਾ ਕੋਈ ਹੋਰ ਹੈ, ਹੁਣ ਕਰਨਾ ਕੋਈ ਹੋਰ ਹੈ ਜੀ। ਕਹਿਣਾ ਹੋਰ ਤੇ ਕਮਾਉਂਦੇ ਹੋਰ ਕੁਛ ਆ, ਇਹ ਤਾਂ ਮੂੰਹ ਮੱਥਾ ਰੱਖਦੇ ਜੀ, ਜਿੱਥੇ ਵੋਟ ਬੰਦਾ ਮਨ ਬਣਾਇਆ ਉੱਥੇ ਪੈਂਦੀ ਹੈ। ਹਾਂਜੀ, ਜਿਹੜਾ ਕੰਮ ਕਰਨ ਵਾਲਾ ਹੋਵੇ, ਹਰੇਕ ਦੀ ਹਿਆ ਦਿਆ ਕਰੇ, ਹਰੇਕ ਦਾ ਕੰਮ ਕਰੇ। ਕਿੱਦਾਂ ਦਾ ਕੋਈ ਟੱਕਰਿਆ ਹੁਣ ਤੱਕ ਤੁਹਾਨੂੰ ਕੋਈ ਆਇਆ ਹੁਣ ਤੱਕ? ਤੇ ਜਿੰਨਾ ਮਰਜ਼ੀ ਕੰਮ ਕਰੀ ਵੀ ਜਾਂਦੇ, ਨਹੀਂ ਵੀ ਜਾਂਦੇ, ਕੰਮ ਸਾਰੇ ਹੁੰਦੇ ਵੀ ਨਹੀਂ, ਅੱਧੇ ਰਹਿ ਜਾਂਦੇ ਅੱਧੇ ਹੋ ਜਾਂਦੇ ਆ। ਜਿੰਨੇ ਕਰ ਲਏ ਤਾਂ ਵੀ ਉਹਨਾਂ ਨੂੰ ਤਾਂ ਬੰਦੇ ਆਖੀ ਜਾਣਾ, ਨਾ ਕਿਤੇ ਫਿਰ ਵੀ ਆਖੀ ਜਾਣਾ। ਕੰਮ ਚੰਗਾ ਕਰਨਗੇ ਤਾਂ ਚੰਗਾ ਆਖਣੇ, ਮਾੜਾ ਕੋ ਕਰਨੇ ਤਾਂ ਮਾੜਾ ਆਖਣੇ। ਸੋ ਬਿਲਕੁਲ, ਲੋਕਾਂ ਦਾ ਕੰਮ ਹੋਣਾ ਚਾਹੀਦਾ, ਗਰੀਬਾਂ ਦਾ ਕੰਮ ਹੋਣਾ ਚਾਹੀਦਾ, ਗਰੀਬਾਂ ਦੀ ਮਦਦ ਹੋਣੀ ਚਾਹੀਦੀ ਹੈ। ਅਜਿਹੀਆਂ ਆਵਾਜ਼ਾਂ ਵੀ ਬੜੀਆਂ ਆਉਂਦੀਆਂ। ਬਾਈ ਕਿਵੇਂ ਹੋ, ਠੀਕ ਹੋ ਜੀ? ਕੀ ਲੱਗਦਾ ਲੋਕ ਸਭਾ ਚੋਣਾਂ 'ਚ ਇਸ ਵਾਰ ਇੱਥੋਂ ਕੌਣ ਅੱਗੇ ਰਹਿ ਸਕਦਾ ਫਰੀਦਕੋਟ? ਕੁਛ ਕਹਿ ਨਹੀਂ ਸਕਦੇ ਜੀ, ਰੁਝਾਵ ਤਾਂ ਪਬਲਿਕ 'ਤੇ ਹੈ ਬਾਈ। ਅੱਛਾ, ਕਿਹਾ ਨਹੀਂ ਜਾ ਸਕਦਾ? ਕੁਛ ਨਹੀਂ।
ਲੋਕ ਸਭਾ ਚੋਣਾਂ 'ਚ ਕੌਣ ਅੱਗੇ ਰਹਿ ਸਕਦਾ ਜੀ ਇਸ ਵਾਰ ਕੀ ਲੱਗਦਾ ਤੁਹਾਨੂੰ? ਪਾਰਟੀਆਂ ਬਹੁਤ ਵਧੀਆ ਜੀ, ਸਾਰੀਆਂ ਵਧੀਆ, ਸਾਰੀਆਂ ਪਾਰਟੀਆਂ ਬਹੁਤ ਵਧੀਆ, ਸਾਰੀਆਂ ਪਾਰਟੀਆਂ ਵਧੀਆ, ਮਤਲਬ ਸਾਰੇ ਜਿਨ੍ਹਾਂ ਦੇ ਮਤਲਬ ਜਿਵੇਂ ਦੀ ਸਰਕਾਰ ਆਈ ਆ ਸਾਰਿਆਂ ਨੇ ਕੰਮ ਬਹੁਤ ਵਧੀਆ ਕੀਤੇ। ਹੁਣ ਇਹ ਤੁਸੀਂ ਸੰਤੁਸ਼ਟ ਹੋ? ਸੰਤੁਸ਼ਟ ਹਾਂ ਜੀ। ਕਿੰਨੇ ਸਾਲ ਦੀ ਉਮਰ ਹੋ ਗਈ ਜੀ ਤੁਹਾਡੀ? ਮੇਰੀ ਉਮਰ 52 ਸਾਲ ਦੀ ਜੀ। 52 ਸਾਲਾਂ ਤੁਸੀਂ ਵਧੀਆ ਹੀ ਰਾਜ ਦੇਖਿਆ? ਵਧੀਆ ਹੀ ਵੇਖਿਆ ਸਾਰਿਆਂ ਨੇ। ਇਹ ਕਹਿੰਦੇ ਜੀ ਵਧੀਆ ਹੀ ਹੈ ਸਾਰਾ ਕੁਝ, ਕਮੀ ਕੋਈ ਨਹੀਂ। ਇਹ ਤੁਹਾਡੇ ਨਜ਼ਰੀਏ ਦਾ ਫਰਕ ਤਾਂ ਨਹੀਂ? ਬੜੇ ਲੋਕ ਇੱਧਰ ਉੱਧਰ ਗਾਲਾਂ ਵੀ ਕੱਢਦੇ ਲੀਡਰਾਂ ਨੂੰ ਵੀ, ਇਹਨਾਂ ਨੇ ਜੀ ਸਵਾਰਿਆ ਕੁਝ ਨਹੀਂ। ਮੌਕਾ ਜਾਂਦਾ ਬਹੁਤ ਵਧੀਆ ਕੰਮ ਕਰਦੇ ਰਹੇ, ਜਿਹਦੇ ਹੱਥ ਵੀ ਮੌਕਾ ਆਇਆ। ਇਹ ਤੁਸੀਂ ਬੜੇ ਪੋਜ਼ਿਟਿਵ ਬੰਦੇ ਲੱਗਦੇ ਮੈਨੂੰ ਵੀ, ਜਿਹੜਾ ਗਲਾਸ ਨੂੰ ਭਰਿਆ ਹੀ ਦੇਖਦੇ ਹੋ। ਹਾਂਜੀ ਹਾਂਜੀ ਬਿਲਕੁਲ, ਇਹ ਕਹਿੰਦੇ ਵੀ ਚੰਗਾ ਹੀ ਹੈ ਸਾਰਾ ਕੁਝ। ਤੁਹਾਨੂੰ ਕੀ ਲੱਗਦਾ ਜੀ ਫਰੀਦਕੋਟ ਤੋਂ ਕੌਣ ਅੱਗੇ ਜਾ ਸਕਦਾ? ਬਾਈ ਸੰਤੋ ਬਸ ਸਾਡੇ ਬਾਈ ਦੱਸਣਗੇ, ਸਾਨੂੰ ਤਾਂ ਇੰਨੇ ਧਿਆਨ ਨਹੀਂ। ਇਹਨਾਂ ਨੇ ਦੱਸਤਾ ਜੀ, ਇਹ ਕਹਿੰਦੇ ਸਾਰੇ ਵਧੀਆ, ਸਾਰੇ ਵਧੀਆ। ਫਿਰ ਜਿਹੜਾ ਕਹਿੰਦਾ ਬਾਈ ਸਾਡੇ ਨੇ, ਬਾਈ ਸਾਡਾ ਹੈੱਡ ਬੰਦਾ ਆਹ ਹੀ ਆ ਬਾਈ, ਇਹ ਹੀ ਸਾਰੇ ਬਿਆਨ ਕਰੂ। ਬਿਲਕੁਲ ਜੀ, ਉਹ ਕਹਿੰਦੇ ਸਾਰੀ ਵਧੀਆ। ਬਾਈ ਜੀ ਕਿਵੇਂ ਹੋ ਜੀ? ਠੀਕ ਹੋ? ਦੇਖੋ ਜੀ ਇੱਥੇ ਤਾਂ ਅਨਮੋਲ ਦੀ ਉਹ ਆ ਜੀ। ਹਾਂਜੀ ਸੋ ਕਰਮਜੀਤ ਅਨਮੋਲ ਹੋਰਾਂ ਦੀ ਗੱਲ ਕੀਤੀ। ਬਾਈ ਕਿਵੇਂ ਹੋ? ਠੀਕ ਹੋ ਜੀ? ਕੀ ਲੱਗਦਾ ਲੋਕ ਸਭਾ ਚੋਣਾਂ 'ਚ ਇਸ ਵਾਰ ਕੌਣ ਅੱਗੇ ਜਾ ਸਕਦਾ ਇੱਥੋਂ? ਇੱਥੋਂ ਤਾਂ ਪੰਜੇ ਵਾਲਾ ਜਾ ਸਕਦਾ। ਹਾਂ ਹਾਂ, ਦੀ ਗੱਲ ਕਰਦੇ ਆ, ਨੌਜਵਾਨ ਆਏ ਆ। ਬਾਈ ਸਤਿ ਸ਼੍ਰੀ ਅਕਾਲ, ਕਿਵੇਂ ਹੋ ਵੀਰੇ? ਠੀਕ ਹੋ? ਸੋ ਦੂਜੀ ਸਾਈਡ ਸੜਕ 'ਤੇ ਵੀ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸੋ ਧਿਆਨ ਨਾਲ ਆਇਓ ਬਾਈ, ਰੋਡ ਧਿਆਨ ਨਾਲ ਕ੍ਰੋਸ ਕਰਿਓ। ਦੂਜੀ ਸਾਈਡ ਕੁਛ ਲੋਕ ਜਿਹੜੇ ਖੜ੍ਹੇ ਆ ਕੰਮਾਂ ਕਾਰਾਂ ਵਾਲੇ, ਇਹਨਾਂ ਤੋਂ ਪੁੱਛਦੇ ਹਾਂ ਕੀ ਹਾਲ ਹੈ ਜੀ, ਠੀਕ ਹੋ? ਕੀ ਲੱਗਦਾ ਲੋਕ ਸਭਾ ਚੋਣਾਂ 'ਚ ਇਸ ਵਾਰ ਕੌਣ ਅੱਗੇ ਜਾ ਸਕਦਾ? ਇਹਨਾਂ ਨੂੰ ਪੁੱਛੋ ਜੀ, ਆਪਾਂ ਕਦੇ ਗੱਲ ਚਲੋ ਆਪਣੇ ਦਿਲ ਦੀ ਗੱਲ ਤਾਂ ਦੱਸ ਦਿਓ, ਆਵਾਜ਼ ਤਾਂ ਦੱਸ ਦਿਓ ਕੀ ਕਹਿੰਦੀ ਹੈ ਜੀ? ਅਜੇ ਤਾਂ ਕੋਈ ਪਤਾ ਨਹੀਂ ਲੱਗਦਾ ਜੀ। ਤੁਸੀਂ ਆਹ ਲਾਇਆ ਤਾਂ ਹੋਇਆ ਜੀ ਸਿੱਕਾ? ਲਾ ਤਾਂ ਰੱਖਿਆ, ਆਹ ਵੀ ਲਾ ਰੱਖਿਆ ਤਾਂ ਆਟੋ 'ਤੇ ਵੀ, ਆਟੋ 'ਤੇ ਵੀ ਲਾਇਆ ਹੋਇਆ? ਹਾਂਜੀ ਆਟੋ 'ਤੇ ਵੀ। ਸਾਹਮਣੇ ਦਿਖ ਰਿਹਾ ਪਰ ਜਵਾਨ ਤੋਂ ਨਹੀਂ ਤੁਸੀਂ ਕਹਿ ਰਹੇ? ਕੁਛ ਨਹੀਂ ਕਹਿ ਰਹੇ ਜੀ ਅਜੇ ਤਾਂ, ਅਜੇ ਕੋਈ ਪਤਾ ਨਹੀਂ, ਅਜੇ ਪਤਾ ਕੋਈ ਨਹੀਂ। ਇਹ ਬੜੀ ਅਲੱਗ ਗੱਲ ਤੁਸੀਂ ਕੀਤੀ ਆ ਵੀ ਸਮਰਥਨ ਵੀ ਕਰ ਰਹੇ ਹੋ, ਸਮਰਥਨ ਕਰ ਰਹੇ ਹੋ ਇਹਨਾਂ ਦਾ, ਪਰ ਫਿਰ ਵੀ ਤੁਹਾਨੂੰ ਲੱਗਦਾ ਵੀ ਮੈਚ ਫਸਮਾ ਹੈ? ਹੈਗਾ ਤਾਂ ਹੈ, ਉਹ ਤਾਂ ਦਿਸ ਹੀ ਜਾਂਦਾ ਮੈਚ ਫਸਮਾ ਦਿਸ ਰਿਹਾ। ਪੂਰੀ ਸਿਰ ਧੜ ਦੀ ਬਾਜੀ ਲੱਗੀ ਹੋਈ ਇਹਨਾਂ ਦੀ, ਸਿਰ ਧੜ ਦੀ ਬਾਜੀ ਲੱਗੀ। ਉਹ ਬਿਲਕੁਲ, ਤੁਹਾਨੂੰ ਕੀ ਲੱਗਦਾ ਬਾਈ ਜੀ? ਅਸੀਂ ਤਾਂ ਕਹਿੰਦੇ ਹਾਂ ਜੀ ਹੱਕ ਬਣਦਾ ਇਹਨਾਂ ਦਾ ਜ਼ਰੂਰੀ, ਵੱਧ ਤੋਂ ਵੱਧ ਹੱਕ। ਕਿਹੜੀ ਬਿਨਾਂ 'ਤੇ ਹੱਕ ਦਿੰਦੇ ਹੋ ਤੁਸੀਂ, ਕੀ ਲੱਗਦਾ? ਅਸੀਂ ਹੱਕ ਦਿੰਦੇ ਹਾਂ ਤਾਂ ਕਰਕੇ ਜੀ ਇਹਨਾਂ ਨੇ ਝਾੜੂ ਵਾਲੇ ਇਹਨਾਂ ਨੇ ਕੁਛ ਨਹੀਂ ਕੀਤਾ, ਤੁਸੀਂ ਵੀ ਤੁਹਾਨੂੰ ਵੀ ਪਤਾ ਇੰਨੀ ਗੱਲ ਦਾ। ਉਹਨਾਂ ਦੇ ਦਾਅਵੇ ਬਹੁਤ ਆ ਜੀ, ਉਹ ਕਹਿੰਦੇ ਅਸੀਂ ਉਂਗਲਾਂ 'ਤੇ ਗਿਣਾ ਦਿੰਦੇ ਕੰਮ ਆਪਣੇ ਸਾਰੇ। ਉਂਗਲਾਂ 'ਤੇ ਤਾਂ ਬਸ ਉਂਗਲਾਂ 'ਤੇ ਗਿਣੇ ਗਏ, ਬਸ ਹੋਏ ਨਹੀਂ। ਪਿਛਲੀ ਵਾਰੀ ਵੋਟਾਂ ਪਈਆਂ, ਕਹਿੰਦੇ ਸੀ 1000 ਰੁਪਇਆ ਦਿਆ ਕਰਾਂਗੇ ਮਹੀਨੇ ਦਾ, ਬੁੜੀਆਂ ਦੇ ਖਾਤੇ 'ਚ ਪਾਇਆ ਕਰਾਂਗੇ, ਕੁਛ ਨਹੀਂ ਪਾਇਆ। ਘਰਦਿਆਂ ਦੇ ਤਾਨੇ ਤਾਂ ਨਹੀਂ ਸੁਣਨ ਨੂੰ ਮਿਲਦੇ ਤੁਹਾਨੂੰ? ਉਹ ਤਾਂ ਮਿਲਦੇ ਹੀ ਆ, ਉਹ ਤਾਂ ਮਿਲਣਾ ਹੀ ਆ ਜੀ। ਮੈਂ ਬੁੜੀਆਂ ਦੇ ਝਾੜੂ ਖੁਸ਼ ਹੋ ਕੇ ਵੋਟਾਂ ਪਾਈਆਂ ਸੀਗੀਆਂ ਵੀ ਚੱਲ ਸਾਡਾ ਕੋਈ ਫਾਇਦਾ ਹੋਊਗਾ, ਪਰ ਬਾਅਦ 'ਚ ਨਹੀਂ ਪੁੱਛੀ ਕਿਸੇ ਨੇ ਆ ਕੇ। ਫਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਦੇਵਾਂਗੇ, ਹੁਣ ਦੇਵਾਂਗੇ, ਅੱਗੇ ਉਹਨਾਂ ਨੂੰ ਕਿਹਾ ਜੀ ਗੱਲ? ਚਲੋ ਵੇਖੋ, ਉਮੀਦ ਹੈਗੀ ਆ, ਵੇਖੋ ਕੀ ਕਹਿ ਸਕਦੇ, ਮੌਕਾ ਹੀ ਹੈ ਜੀ ਹੁਣ, ਦੇਖ ਲੈ ਕਿਹਦੀ ਕਿਸਮਤ ਨੇ ਸਾਥ ਦੇਣਾ। ਬਿਲਕੁਲ, ਕਹਿੰਦੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਕੀ ਹਾਲ ਬਾਈ, ਠੀਕ ਹੋ? ਵੋਟ ਬਣ ਗਈ? ਨਹੀਂ ਭਾਅ ਜੀ, ਮੇਰੀ ਵੋਟ ਲੱਗਦਾ। ਲੋਕ ਸਭਾ ਚੋਣਾਂ 'ਚ ਅੱਗੇ ਕੌਣ ਜਾ ਸਕਦਾ, ਮਾਹੌਲ ਕਿੱਦਾਂ ਦਾ ਇੱਥੇ? ਭਾਅ ਜੀ ਐਤਕੀ ਮੇਰੇ ਖਿਆਲ ਨਾਲ ਸ਼ਾਇਦ ਕਾਂਗਰਸ ਜਾਊਗੀ ਅੱਗੇ, ਕਾਂਗਰਸ ਦਾ ਮਾਹੌਲ ਪੂਰਾ ਬਹੁਤ ਵਧੀਆ ਬਣਿਆ ਹੋਇਆ। ਕਹਿ ਰਹੇ ਨੇ ਗਰੀਬ ਪਰਿਵਾਰ ਨੂੰ 400 ਰੁਪਏ ਦਿਹਾੜੀ ਮਿਲੂਗੀ, ਅਤੇ ਬਸ ਦਿਹਾੜੀ ਦਾ ਤਾਂ ਆਪਾਂ ਕੁਛ ਕਹਿ ਨਹੀਂ ਸਕਦੇ, ਮਿਲੂ ਨਹੀਂ ਮਿਲੂ, ਪਰ ਅੱਜ ਕੱਲ੍ਹ ਕਾਂਗਰਸ ਦਾ ਬਹੁਤ ਵਧੀਆ ਚੱਲ ਰਿਹਾ ਲੱਗਦਾ ਤੁਹਾਨੂੰ। ਸੋ ਕੁਛ ਬੰਦੇ ਇੱਥੇ ਵੀ ਖੜ੍ਹੇ ਆ, ਗੱਲਬਾਤ ਕਰ ਲੈਂਦੇ ਹਾਂ। ਕਿਵੇਂ ਹੋ ਬਾਈ, ਠੀਕ ਹੋ ਜੀ? ਕੰਮ ਕਾਰ ਵਧੀਆ?
ਕੀ ਲੱਗਦਾ ਇਸ ਵਾਰ ਲੋਕ ਸਭਾ ਚੋਣਾਂ 'ਚ ਫਰੀਦਕੋਟ ਤੋਂ ਕੌਣ ਅੱਗੇ ਰਹਿ ਸਕਦਾ ਜੀ? ਬੀਬੀ ਸਾਹੋਕੇ। ਬੀਬੀ ਸਾਹੋਕੇ ਲੱਗਦਾ? ਹਾਂ। ਤੁਹਾਨੂੰ ਕੀ ਲੱਗਦਾ ਬਾਈ ਜੀ? ਬਾਈ ਮੁਕਾਬਲਾ ਤਾਂ ਸਖਤ ਹੀ ਹੈ ਦੋਨਾਂ ਦਾ ਹੀ ਹੈ, ਝਾੜੂ ਵਾਲਿਆਂ ਦਾ ਵੀ ਹੈ, ਬੀਬੀ ਸਾਹੋਕੇ ਦਾ ਵੀ ਹੈ। ਮੁਕਾਬਲਾ ਤਿੰਨ ਕੋਲ ਹੋਇਆ ਪਿਆ ਤਿੰਨਾਂ ਦਾ ਹੀ, ਫਸਿਆ ਹੋਇਆ ਪੂਰਾ। ਹਾਂਜੀ ਸਰਦਾਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਕੀ ਲੱਗਦਾ ਜੀ ਇਸ ਵਾਰ ਲੋਕ ਸਭਾ ਚੋਣਾਂ 'ਚ ਕੌਣ ਅੱਗੇ ਰਹਿ ਸਕਦਾ? ਕਰਮਜੀਤ ਅਨਮੋਲ। ਕਰਮਜੀਤ ਅਨਮੋਲ ਲੱਗਦਾ ਜੀ ਤੁਹਾਨੂੰ? ਪੂਰੇ ਜ਼ੋਰਾਂ 'ਤੇ। ਦਾਅਵੇ ਤਾਂ ਬਾਕੀ ਪਾਰਟੀਆਂ ਦੇ ਵੱਡੇ ਜੀ, ਪ੍ਰਚਾਰ ਪੂਰਾ ਜ਼ੋਰ 'ਤੇ ਹੋ ਰਿਹਾ? ਪੂਰਾ ਜ਼ੋਰ ਹੋ ਰਿਹਾ ਸਾਰਿਆਂ ਦਾ, ਸਾਰੇ ਅੱਗੇ ਅੱਗੇ ਭੱਜੇ ਫਿਰਦੇ ਆ, ਮਗਰ ਕਿਸਾਨ ਭੱਜੇ ਫਿਰਦੇ ਆ, ਪਰ ਇਹਨਾਂ ਦਾ ਜ਼ਿਆਦਾ ਜ਼ੋਰ ਹੈ ਜੀ। ਕਰਮਜੀਤ ਅਨਮੋਲ ਦੇ ਮਗਰ ਤਾਂ ਨਹੀਂ ਕਿਸਾਨ ਫਿਰਦੇ? ਫਿਰਦੇ ਆ ਕਈ, ਇਹ ਤਾਂ ਨਹੀਂ ਗੱਲ, ਪਰ ਇੰਨੇ ਨਹੀਂ ਨਾ ਫਿਰਦੇ ਜੀ ਜਿਵੇਂ ਦੂਜਿਆਂ ਦੇ ਮਗਰ। ਘੱਟ ਫਿਰਦੇ ਹੋਣਗੇ ਉਹ ਅੱਗੇ ਚੱਲ ਜਾਊਗਾ, ਅੱਗੇ ਜਾਊਗਾ। ਹੈ ਲੱਗਦਾ ਵੀ ਕਿਸਾਨ ਇਹ ਖਿੱਚ ਕੇ ਰੱਖਦੇ ਸਾਰਿਆਂ ਨੂੰ? ਹਾਂ, ਸਾਰਿਆਂ ਨੂੰ ਖਿੱਚ ਕੇ ਰੱਖਦੇ ਜੀ ਪੂਰਾ, ਕਿਉਂਕਿ ਇਹ ਫਿਰ ਸੈੱਟ ਵੀ ਨਹੀਂ ਨਾ ਆਉਂਦੇ ਹੁਣ 'ਚ, ਇਸ ਕਰਕੇ। ਕਿਸਾਨਾਂ ਬਾਰੇ ਵੀ ਕਹਿ ਦਿੱਤਾ ਜਾਂਦਾ ਜੀ ਵੀ ਇਹ ਵਜ੍ਹਾ ਨਹੀਂ ਦੇਖਦੇ, ਜਗ੍ਹਾ ਦੇਖਦੇ ਤੱਪੜ ਵਿਛਾ ਕੇ ਬਹਿ ਜਾਂਦੇ ਜੀ। ਉਹ ਤਾਂ ਫਿਰ ਉਹ ਨਾ ਜੀ ਅੱਕੇ ਪਏ ਆ, ਕੀ ਕਰਨ, ਹੱਲ ਕੋਈ ਨਹੀਂ, ਉਹ ਵੀ ਆਪਦੀ ਤਾਂ ਸੱਚੇ ਹੈ। ਜਦੋਂ ਕੋਈ ਫਿਰ ਪਾਸਾ ਵੇਖਦਾ ਨਹੀਂ ਗਾ ਤਾਂ ਉਹ ਫਿਰ ਕਰਨਾ ਪੈਂਦਾ ਉਹਨਾਂ ਨੂੰ ਹੀ, ਤਾਂ ਕਰਕੇ ਜੀ। ਹੋਰ ਬਿਲਕੁਲ ਇੱਧਰ ਵੀ ਵੀਰ ਹੋਰੀ ਹੈਗੇ ਆ, ਗੱਲ ਕਰਦੇ ਆ ਬਾਈ ਹੋਰਾਂ ਦੇ ਨਾਲ। ਬਾਈ ਜੀ ਕਿਵੇਂ ਹੋ? ਬਾਈ ਮੈਂ ਤਾਂ ਠੀਕ ਹਾਂ, ਮੈਂ ਪਹਿਲਾਂ ਦਿੱਤਾ ਭਾਸ਼ਣ ਯਾਰ ਬਾਈ। ਕੋਈ ਗੱਲ ਨਹੀਂ, ਦੱਸੋ ਤਾਂ ਸਹੀ। ਸੋ ਕਈ ਤਾਂ ਦੱਸਣਾ ਨਹੀਂ ਚਾਹੁੰਦੇ ਵੀਰ ਬਾਈ, ਇੱਥੋਂ ਦੀ ਹੋ ਤੁਸੀਂ ਵੀਰ ਜੀ? ਇੱਥੋਂ ਦੇ ਲੋਕਲ ਹੋ ਬਾਈ? ਕੀ ਲੱਗਦਾ ਸਰ ਚੋਣਾਂ 'ਚ ਕੌਣ ਅੱਗੇ ਰਹਿ ਸਕਦਾ? ਪਤਾ ਨਹੀਂ ਆਪਾਂ ਨੂੰ ਪਤਾ। ਸੋ ਬਹੁਤ ਸਾਰੇ ਲੋਕ ਤਾਂ ਨਾ ਹੀ ਕਰੀ ਜਾਂਦੇ ਬਾਈ ਜੀ, ਕੀ ਲੱਗਦਾ ਆ ਜਾਓ ਅੱਗੇ? ਲੱਗਦਾ ਕੀ ਬਾਈ ਯਾਰ ਕੰਮ ਫਸਿਆ ਹੀ ਹੋਇਆ ਇਹ ਦਿੱਕਰ ਦਾ। ਦੇਖੋ ਦੇਖੋ ਕੌਣ ਜੇ ਧਾਰ ਕਿਹੜਾ, ਜੇ ਕੀ ਬਣਦਾ ਕੀ ਨਹੀਂ ਬਣਦਾ, ਰੱਬ ਦੀਆਂ ਗੱਲਾਂ ਹੈ ਤਾਂ ਬਾਹਰ ਦੇਖੋ। ਵੋਟਰਾਂ ਦੇ ਹੱਥ ਵਿੱਚ ਕਹਿੰਦੇ ਬੜੀ ਤਾਕਤ ਹੁੰਦੀ ਹੈ ਜੀ, ਵੋਟ ਦੀ ਤਾਕਤ ਬਹੁਤ ਆ, ਜਿੱਧਰ ਲੋਕ ਭਰੋਸਾ ਕਰਨਗੇ ਉਹਦੀ ਕਿਸ। ਬਾਕੀ ਉਹ ਮਾਲਕ ਜਾਣਦਾ ਜੀ, ਬਾਕੀ ਕੰਮ ਤਾਂ ਐਤਕੀ ਕੁਛ ਹੋਇਆ ਨਹੀਂ ਤੁਹਾਡੇ ਸਾਹਮਣੇ। ਕੰਮ ਹੁੰਦਾ ਹੀ ਨਹੀਂ ਗਾ ਆਮ ਆਦਮੀ ਪਾਰਟੀ ਦੇ, ਸਾਡੇ ਕੁਲਤਾਰ ਸੰਧਵਾਂ ਨੂੰ ਅਸੀਂ ਵੋਟਾਂ ਪਾਈਆਂ ਨੇ, ਸਾਡੇ ਮੁਹੱਲੇ ਵਾਲਿਆਂ ਨੇ, ਕੰਮ ਹੀ ਨਹੀਂ ਹੋਇਆ। ਸਾਡੇ ਗਲੀ ਦੇ ਮੋੜ 'ਤੇ ਇੰਨਾ ਪਾਣੀ ਖੜਾ ਰਹਿੰਦਾ, ਇੰਨਾ ਗੰਦ ਖੜਾ ਰਹਿੰਦਾ, ਕਦੇ ਆਇਆ ਜਦੋਂ ਦੀ ਵੋਟ ਪਾਈ? ਕਿਹੜੀ ਗੱਲੋਂ ਵੋਟ ਪਾਈਏ, ਅਸੀਂ ਨਹੀਂ ਵੋਟ ਪਾ ਸਕਦੇ ਕਿਸੇ ਨੂੰ ਵੀ ਨਹੀਂ। ਤੁਸੀਂ ਪਾਣੀ ਵੋਟ? ਹਾਂ ਜੀ ਨਾ ਜਮਾਂ। ਇੰਨੇ ਨਿਰਾਸ਼ ਕਿਉਂ ਹੋ ਬਾਈ ਜੀ? ਮਹਾਰਾਜ ਅਸੀਂ ਤਾਂ ਗੰਦ ਵਿੱਚ ਦੀ ਟੱਪ ਕੇ ਆਉਂਦੇ ਹਾਂ, ਸਾਡੇ ਜਵਾਕ ਤਾਂ ਸਾਡੇ ਮੱਛਰਾਂ ਕਰਕੇ, ਇਹਨਾਂ ਕਰਕੇ ਖਰਾਬ, ਬਿਮਾਰੀ ਕਰਕੇ ਤਾਂ ਹੋਏ ਪਏ ਨੇ ਔਖੇ। ਨਿਰਾਸ਼ ਤਾਂ ਵੀ ਕਿਤੇ ਨਾ ਕਿਤੇ ਜ਼ਰੂਰ ਇਸ ਸਮੇਂ ਬਣੀ ਹੋਈ ਹੈ। ਸੋ ਦੋ ਵੀਰ ਹੋਰੀ ਹੋਰ ਖੜੇ ਆ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਕੀ ਲੱਗਦਾ ਜੀ ਲੋਕ ਸਭਾ ਚੋਣਾਂ 'ਚ ਇਸ ਵਾਰ ਫਰੀਦਕੋਟ ਤੋਂ ਕੌਣ ਅੱਗੇ ਰਹਿ ਸਕਦਾ ਜੀ? ਫਰੀਦਕੋਟ ਤੋਂ ਜੀ ਕੀ ਨਾਂ ਉਹਦਾ, ਬੇਅੰਤ ਸਿੰਘ ਦਾ ਮੁੰਡਾ ਜੀ, ਸਰਬਜੀਤ ਸਿੰਘ। ਸਰਬਜੀਤ ਸਿੰਘ, ਤੁਹਾਨੂੰ ਕੀ ਲੱਗਦਾ ਵੀਰ ਜੀ? ਉਹੀ ਸਰਬਜੀਤ ਜੀ। ਹਾਂਜੀ ਹਾਂਜੀ। ਪਰ ਬੜੀਆਂ ਸਰਕਾਰਾਂ ਹੋਰ ਵੀ ਹੈਗੀਆਂ ਜੀ, ਉਹ ਵੱਡੀਆਂ ਪੁਰਾਣੀਆਂ ਪਾਰਟੀਆਂ, ਉਹ ਕਹਿੰਦੇ ਵੀ ਸਾਡਾ ਬੜਾ ਲੋਕਾਂ ਦੇ ਵਿੱਚ ਮਾਣਤਾਣ। ਉਹਨਾਂ ਨੇ ਬਥੇਰੀ ਲੁੱਟ ਮਚਾਈ ਆ ਜੀ ਲੋਕਾਂ ਨੂੰ, ਹੁਣ ਪਤਾ ਲੱਗ ਗਿਆ ਸਾਰਾ ਵੀ ਇਹਨਾਂ 'ਚ ਕਿਸੇ 'ਚ ਕੁਛ ਕੱਢਣ ਪਾਉਣ ਨੂੰ ਹੈ ਨਹੀਂ ਗਾ ਕੁਛ ਵੀ, ਲੋਕ ਅੱਕੇ ਪਏ ਆ ਵੀ ਅਸੀਂ ਵੋਟ ਕਿਹਨੂੰ ਪਾਈਏ। ਪਰ ਜਿਹੜੇ ਹੁਣ ਅੱਜ ਕੱਲ੍ਹ ਹੁਣ ਪਿੰਡਾਂ ਦੇ ਵਿੱਚ ਦਿਨੋਂ ਦਿਨ ਹਵਾ ਬਦਲ ਰਹੀ ਹੈ ਜਿਹੜੀ, ਉੱਥੋਂ ਪਤਾ ਲੱਗਦਾ ਵੀ ਵੋਟ ਉਹਨੂੰ ਬਹੁਤ ਪੈਣੀ ਆ, ਅੰਦਰ ਖਾਤੇ ਪੈਣੀ ਆ, ਸਾਹਮਣੇ ਨਹੀਂ ਆਉਣਗੇ ਉਹ, ਅੰਦਰ ਖਾਤੇ ਵੋਟ ਪੈਣੀ ਆ। ਇਹ ਕਹਿੰਦੇ ਆ ਕਿ ਲੁਕਵੀਂ ਵੋਟ ਅਜੇ ਅੰਦਰ ਖਾਤੇ ਪਈ ਹੈ ਜਿਹੜੀ ਭੁਗਤ ਸਕਦੀ ਹੈ ਸਰਬਜੀਤ ਸਿੰਘ ਹੋਰਾਂ ਦੇ ਹੱਕ ਦੇ ਵਿੱਚ। ਸੋ ਲੁਕਵੀਆਂ ਵੋਟਾਂ ਦੀ ਗੱਲ ਕੀਤੀ ਜਾਂਦੀ ਹੈ ਕਿ ਲੋਕ ਖੁੱਲ੍ਹ ਕੇ ਭਾਵੇਂ ਕਿਸੇ ਦੇ ਨਾਲ ਚੱਲਣ, ਪਰ ਅੰਦਰ ਖਾਤੇ ਸਰਬਜੀਤ ਸਿੰਘ ਹੋਰਾਂ ਨੂੰ ਪਿੰਡਾਂ ਦੀ ਵੋਟ ਪੈ ਸਕਦੀ ਹੈ, ਇਹ ਗੱਲ ਵੀ ਕਹੀ ਗਈ ਹੈ। ਸੋ ਇਹ ਓਪੀਨੀਅਨ ਲੋਕਾਂ ਦਾ ਤੁਹਾਡੇ ਤੱਕ ਲੈ ਕੇ ਆਏ ਹਾਂ, ਲੋਕ ਰਾਏ ਕੀ ਕਹਿੰਦੀ ਹੈ, ਲੋਕਾਂ ਦਾ ਮਨ ਕੀ ਕਹਿੰਦਾ, ਹਵਾ ਕੀ ਕਹਿੰਦੀ ਹੈ, ਤੁਸੀਂ ਸਾਰੀਆਂ ਗੱਲਾਂ ਬਾਤਾਂ ਸੁਣੀਆਂ। ਤੁਹਾਨੂੰ ਕੀ ਲੱਗਦਾ ਹੈ ਕਿ ਕੋਟਕਪੂਰੇ ਦੇ ਲੋਕਾਂ ਦਾ ਜੋ ਕਹਿਣਾ ਹੈ ਉਹ ਕਿੰਨਾ ਸਹੀ ਹੈ? ਤੁਹਾਡੀਆਂ ਟਿੱਪਣੀਆਂ ਕੀ ਆ, ਆਪਣੀਆਂ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।